ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਉਹਨੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੇਨਿਕ ਸਵੇਰਾ ਟਾਈਮਸ ਪੂਰੇ ਦੇਸ਼ ਦੇ ਵਿੱਚ ਲੋਕਡਾਊਨ ਪੀਰੀਅਡ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਕਰਫਿਊ ਇੰਪਲੀਮੈਂਟ ਹੋਇਆ ਹੋਇਆ ਤੇ ਪਟਿਆਲੇ ਦੇ ਵਿੱਚ ਪਿਛਲੇ ਦਿਨ ਦੇ ਵਿੱਚ ਇੱਕ ਘਟਨਾ ਨੂੰ ਲੈ ਕੇ ਐਮਐਲਏ ਸਿਮਰ ਬੈਂਸ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਉਸ ਬਿਆਨ ਤੋਂ ਬਾਅਦ ਹੁਣ ਉਹਨਾਂ ਦੀ ਅੱਜ ਸਿਕਿਉਰਿਟੀ ਵਾਪਸ ਕਰ ਦਿੱਤੀ ਗਈ ਹੈ ਸਾਡੇ ਨਾਲ ਮੌਜੂਨ ਨੇ ਐਮਐਲਏ ਸਿਮਰ ਬੈਂਸ ਬੈਂਸ ਸਾਹਿਬ ਪਟਿਆਲੇ ਦੇ ਇਨਸੀਡੈਂਟ ਨੂੰ ਲੈ ਕੇ ਇੱਕ ਬਿਆਨ ਤੁਸੀਂ ਦਿੱਤਾ ਸੀਗਾ ਬਿਆਨ ਤੋਂ ਬਾਅਦ ਅੱਜ ਸਿਕਿਉਰਿਟੀ ਵਾਪਸ ਕਰ ਦਿੱਤੀ ਗਈ ਹੈ ਤੁਹਾਡੀ ਕੀ ਕਹਿਣਾ ਹੈ ਅੱਜ ਗਨਮੈਨ ਤੇ ਸਿਕਿਉਰਿਟੀ ਜਿਹੜਾ ਕੋਈ ਸਬਜੈਕਟ ਵਿਸ਼ਾ ਨਹੀਂ ਹੈਗਾ ਅੱਜ ਸਾਡਾ ਵਿਸ਼ਾ ਅਸੀਂ ਕੋਵਿਡ ਨੂੰ ਮਾਤ ਕਿਵੇਂ ਦੇਣੀ ਹਰਾਉਣਾ ਕਿਵੇਂ ਅਸੀਂ ਇਹ ਕਰੋਨਾ ਕੋਵਿਡ ਦੇ ਉੱਤੇ ਜਿੱਤ ਪ੍ਰਾਪਤ ਕਿਵੇਂ ਕਰਨੀ ਇਹਦਾ ਵਿਜ਼ਡਮ ਸਿਆਣਾ ਆਪਣੀ ਲਿਆ ਕੇ ਦਾ ਪ੍ਰਦਰਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਐਂਡ ਗਵਰਨਮੈਂਟ ਨੇ ਕੀਤਾ ਰਾਜਨੀਤੀ ਮੇਰਾ ਬਿਆਨ ਤੁਸੀਂ ਸੁਣਿਆ ਮੈਂ ਆਪਣੇ ਬਿਆਨ ਦੇ ਵਿੱਚ ਕਿਤੇ ਇਹ ਗੱਲ ਕਹੀ ਵੀ ਜਿਹੜਾ ਹੱਥ ਕਟਿਆ ਚੰਗਾ ਮੈਂ ਸ਼ਲਾਘਾ ਕਰਦਾ ਤਾਰੀਫ਼ ਕਰਦਾ ਮੈਨੂੰ ਦੁੱਖ ਤੇ ਅਫਸੋਸ ਆ ਮੈਨੂੰ ਉਦੋਂ ਵੱਡਾ ਦੁੱਖ ਤੇ ਅਫਸੋਸ ਉਸ ਗੱਲ ਦਾ ਜਿੱਥੇ ਪੁਲਿਸ ਨੇ ਗਰਭવતી ਮਹਿਲਾਵਾਂ ਕੁੱਟ ਤਰੀਆਂ ਬਜ਼ੁਰਗ ਦਾੜ੍ਹੀਆਂ ਫੜਫੜ ਕੁੱਟੇ ਘਰਾਂ ਦੇ ਵਿੱਚ ਵੜ ਕੇ ਬੱਚਿਆਂ ਦੇ ਸਾਹਮਣੇ ਉਹਨਾਂ ਦਾ ਬਾਪ ਚਾਚੇ ਤਾਏ ਦਾਦੇ ਕੁੱਟੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਉਦੋਂ ਵੱਡਾ ਅਫਸੋਸ ਮੈਨੂੰ ਇਸ ਗੱਲ ਦਾ ਅਣਲਾਨੀ ਐਮਰਜੈਂਸੀ ਪੱਤਰਕਾਰਾਂ ਦੇ ਉੱਤੇ ਜਿਹੜਾ ਪੁਲਿਸ ਦੇ ਕੋਈ ਸਚਾਈ ਸਾਹਮਣੇ ਲੈ ਕੇ ਆਉਂਦਾ ਪੁਲਿਸ ਦੇ ਵਰਖਲਾ ਪੁਲਿਸ ਦੀਆਂ ਕਾਲੀਆਂ ਸਰਕਾਰ ਦੀਆਂ ਕਾਲੀਆਂ ਕਰਤੂਤਾਂ ਲੋਕਾਂ ਦੀ ਕਚਹਿਰੀ 'ਚ ਲੱਗ ਜਾਂਦਾ ਕਹਿੰਦੇ ਠੋਕੋ ਐਫ ਆਈ ਆਰ ਇਹ ਅਣਅਲਾਨੀ ਐਮਰਜੈਂਸੀ ਮੀਡੀਆ ਦੇ ਉੱਤੇ ਜਿਹੜਾ ਡੈਮੋਕ੍ਰੇਸੀ ਦਾ ਸਭ ਤੋਂ ਮਜ਼ਬੂਤ ਪਿੱਲਰ ਆ ਇਹ ਗੱਲਾਂ ਜਿਹੜੀਆਂ ਬੜੀਆਂ ਦੁਖਦਾਈ ਹੈਗੀਆਂ ਨੇ ਕੈਪਟਨ ਅਮਰਿੰਦਰ ਸਿੰਘ ਹੁਣ ਆਪਣੇ ਮਿਨਿਸਟਰ ਦੇ ਕੋਲੋਂ ਸਟੇਟਮੈਂਟਸ ਦਵਾ ਰਹੇ ਆ ਵੀ ਬੈਂਸ ਦੇ ਉੱਤੇ ਐਫ ਆਈ ਆਰ ਬੈਂਸ ਦੀ ਸਕਿਉਰਿਟੀ ਵਿਡਰਾ ਉਹ ਮੰਤਰੀ ਨਹੀਂ ਬੋਲਦੇ ਉਹ ਕੈਪਟਨ ਅਮਰਿੰਦਰ ਸਿੰਘ ਬੁਲਵਾ ਰਹੇ ਆ ਉਹਨਾਂ ਤੋਂ ਰੀਜ਼ਨ ਕੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਬੈਂਸ ਬ੍ਰਦਰ ਦੇ ਵਿਰੁੱਧ ਜਾਤੀ ਕਿੜ ਕਿਉਂ ਆ ਦੂਸਰੀ ਹਾਲ ਪਾਰਟੀ ਮੀਟਿੰਗ ਆ ਲੋਕਨ ਸਾਹਬ ਪਾਰਟੀ ਦੇ 2 ਐਮਐਲਏ ਪੰਜਾਬ ਵਿਧਾਨ ਸਭਾ ਦੇ ਵਿੱਚ ਹਾਜ਼ਰੀ ਹੈ ਨਹੀਂ ਬੁਲਾਇਆ ਜਾਤੀ ਰੰਜਿਸ਼ ਕੀ ਹੈ ক্লোਜ਼ਰ ਰਿਪੋਰਟ ਆਫ ਸਿਟੀ ਸੈਂਟਰ ਸਕੈਮ ਬੋਹ ਕਰੋੜੀ ਘਪਲਾ ਇਸ ক্লোਜ਼ਰ ਰਿਪੋਰਟ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਿਨੇ ਕੀਤਾ ਸਿਮਰ ਬੈਂਸ ਨੇ ਚੈਲੰਜ ਕਿਉਂ ਕੀਤਾ ਬੈਂਸ ਭਰਾ ਕਿਉਂ ਸੁਪਰੀਮ ਕੋਰਟ ਗਏ ਆ ਲੋਕਨ ਸਾਹਬ ਪਾਰਟੀ ਕਿਉਂ ਸਟੈਂਡ ਲੈ ਕੇ ਖੜੀ ਐ ਕਿਉਂਕਿ ਕੈਪਟਨ ਸਾਹਿਬ ਨੂੰ ਤਿਹਾਰ ਜੇਲ੍ਹ ਦੇ ਵਿੱਚ ਲਾਲੂ ਪ੍ਰਸ਼ਾਦ ਜਾਦਵ ਜਿਹੜੇ ਵੱਡੇ ਚਾਰਾ ਘਟਾਲੇ ਦੇ ਵਿੱਚ ਇਧਰ ਨੌਕਰੀ ਘਪਲਾ ਚੋਟਾਲਿਆਂ ਦਾ ਉਹ ਬੈਠੇ ਦਿਖਦੇ ਆ ਆਪਣੇ ਏਜ ਗਰੁੱਪ ਦੇ ਵਿੱਚ ਉਹ ਦੇਖਦੇ ਆ ਵੀ ਯਾਰ ਇਹ ਟ੍ਰਾਇਲ ਫੇਸ ਕਰਨ ਸਾਡੀ ਡਿਮਾਂਡ ਕੀ ਐ ਇਹ ਨਹੀਂ ਵੀ ਉਹੀ ਪੁਲਿਸ ਜਿਹੜੀ 42 ਕਿਲੋ ਦਾ ਚਲਾਨ ਦਿੰਦੀ ਐ ਕੈਪਟਨ ਸਾਹਿਬ ਮੁੱਖ ਮੰਤਰੀ ਬਣ ਜਾਂਦੇ ਆ ਤੇ ਉਹੀ ਪੁਲਿਸ 42 ਕਿਲੋ ਦਾ ਚਲਾਨ ਦੇਣ ਵਾਲੀ ਕਲੋਜ਼ਰ ਰਿਪੋਰਟ ਦੇ ਆਵੇ ਟ੍ਰਾਇਲ ਫੇਸ ਕਰਨ ਅਦਾਲਤ ਦੇ ਵਿੱਚ ਅਦਾਲਤ 'ਤੇ ਬੈਠਾ ਜੱਜ ਗਵਾਹਾਂ ਸੁਣਨ ਤੋਂ ਬਾਅਦ ਜਿਹੜਾ ਤੋਂ ਬਾਅਦ ਫੈਸਲਾ ਲਵੇ ਉਹਨੂੰ ਸਿਰ ਝੁਕਾ ਕੇ ਅਸੀਂ ਪ੍ਰਣਾਮ ਕਰਾਂਗੇ ਕੈਪਟਨ ਮਨਿੰਦਰ ਸਿੰਘ ਇਹ ਪੋਲਿਟੀਕਲ ਵੰਡੇਟਾ ਹੁਣ ਐਫ ਆਈ ਆਰ ਦਰਜ ਕਰ ਦਿਓ ਬੈਂਸ ਕੋਈ ਆਟੇ ਦਾ ਦੀਵਾ ਨਹੀਂ ਵੀ ਬਾਹਰ ਪਿਆ ਤੇ ਕਾਂ ਚੱਕੀ ਫਿਰਨ ਅੰਦਰ ਆ ਤੇ ਚੂਹੇ ਚੱਕੀ ਫਿਰਨ ਮੈਂ ਕਿਸੇ ਗਿੱਦਰ ਧਮਕੀ ਤੋਂ ਡਰਨ ਵਾਲਾ ਨਹੀਂਗਾ ਸੱਚ ਬੋਲਿਆ ਸੱਚ ਬੋਲਦਾ ਰਹਾਵਾਂਗਾ ਸਾਹਿਬ ਜਿਹੜੀ ਸਟੇਟਮੈਂਟ ਦਿੱਤੀ ਸਾਰਿਆਂ ਨੇ ਸੁਣੀ ਐ ਅਸੀਂ ਵੀ ਸੁਣੀ ਐ ਉਹਦੇ ਤੁਸੀਂ ਪੂਰੇ ਪੁਲਿਸ ਦੀ ਜੜੀ ਅਗੇ ਕਾਰਜਸ਼ਾਲੀ ਦੇ ਆਬਜੈਕਸ਼ਨ ਚੱਕੀਗੇ ਪੁਲਿਸ ਨੇ ਪਿਛਲੇ ਦਿਨਾਂ ਅਜ ਕਰਫਿਊ ਦੇ ਦੌਰਾਨ ਜਿਸ ਤਰ੍ਹਾਂ ਦੀ ਆਪਣੀ ਕਾਰਵਾਈ ਕੀਤੀ ਆ ਉਸ ਦਾ ਅਦਲਾ ਤੇ ਬਦਲੇ ਹੋਈ ਹੈ ਇਹ ਤੁਸੀਂ ਆਪਣੀ ਸਟੇਟਮੈਂਟ ਤੇ ਕਾਇਮ ਹੋ 101% ਮੈਂ ਕਹਿਆ ਹੈ ਅਦਲੇ ਦਾ ਬਦਲਾ ਜਿਹੜੇ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਲੋਕਾਂ ਦੇ ਉੱਤੇ ਤਸ਼ੱਦਦ ਕੀਤੇ ਇਹ ਵਿਚਾਰੇ ਥਾਣੇਦਾਰ ਦੇ ਹੱਥ ਵੱਡਿਆ ਗਿਆ ਮੈਨੂੰ ਅਫਸੋਸ ਆ ਮੈਂ ਕਦੋਂ ਕਹਿ ਰਿਹਾ ਕਿ ਮੈਂ ਉਹਨਾਂ ਤਸ਼ੱਦਦ ਢਾਉਣ ਵਾਲੇ ਪੁਲਿਸ ਅਫਸਰਾਂ ਨੂੰ ਕਹਿ ਰਿਹਾ ਵੀ ਨਹੀਂ ਜੀ ਮੈਂ ਨਹੀਂ ਕਹਿਆ ਮੈਂ ਤਾਂ ਅੱਜ ਵੀ ਕਹਿ ਰਿਹਾ ਕਿ ਮੈਂ ਉਹਨਾਂ ਦੇ ਵਰਖਲਾਫ ਸਟੈਂਡ ਮੈਂ ਮੁੱਖ ਮੰਤਰੀ ਨੂੰ ਉਹਨਾਂ ਦੇ ਟਵਿੱਟਰ ਦੇ ਉੱਤੇ ਨਾਲ ਦੀ ਨਾਲ ਵੀਡੀਓ ਪਾ ਕੇ ਕੰਪਲੇਂਟ ਭੇਜਦਾ ਰਿਹਾ ਡੀਜੀਪੀ ਨੂੰ ਭੇਜਦਾ ਰਿਹਾ ਵੀ ਇਹਨਾਂ ਦੇ ਵਿਰੁੱਧ ਕਾਰਵਾਈ ਕਰੋ ਕਾਨੂੰਨ ਨੇ ਪੁਲਿਸ ਨੂੰ ਕਾਗਜ਼ ਤੇ ਕਲਮ ਦਿੱਤੀ ਆ ਤੁਸੀਂ ਕਾਗਜ਼ ਤੇ ਕਲਮ ਦੀ ਤਾਕਤ ਵਰਤੋ ਤੁਸੀਂ ਜੱਜ ਥੋੜੀ ਹੋ ਤੁਸੀਂ ਕਾਗਜ਼ ਤੇ ਕਲਮ ਦੀ ਤਾਕਤ ਵਰਤੋ ਕਰਕੇ ਕੇਸ ਬਣਾ ਕੇ ਅਦਾਲਤ 'ਚ ਬੈਠੇ ਜੱਜ ਕੋਲੇ ਭੇਜੋ ਉਹ ਸਜ਼ਾ ਡਿਸਾਈਡ ਕਰੂਗਾ ਇਹ ਨਹੀਂ ਤੁਸੀਂ ਡਾਂਗ ਚੱਕ ਲੋ ਗਰਭਵਤੀ ਕੋਈ ਰੀੜ ਦੀ ਹੱਡੀ ਦਾ ਪੇਸ਼ੈਂਟ ਉਹਨੂੰ ਧਾੜ ਕੁੱਟਦੇ ਹੋ ਕੋਈ ਸਿੱਖ ਸਰਦਾਰ ਜਾਂਦਾ ਉਹਦੇ ਮਾਰੋ ਅੱਜ ਮੇਰੇ ਸੋਸ਼ਲ ਅਕਾਊਂਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਪੁਲਿਸ ਤਸ਼ੱਦਦ ਦੀਆਂ ਮੇਰਾ ਖਿਆਲ ਸੈਂਕੜੇ ਵੀਡੀਓਜ਼ ਵਾਇਰਲ ਹੋਏ ਨੇ ਜਿਹੜੇ ਲੋਕ ਦੱਸ ਰਿਹਾ ਵੀ ਪੰਜਾਬ ਪੁਲਿਸ ਆ ਜਿਹੜੇ 90% ਬਹੁਤਾਂ ਦੇ ਵਿੱਚ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦੇ ਆ ਪੁਲਿਸ ਅਧਿਕਾਰੀ ਉਹਨਾਂ ਨੂੰ ਸਲਾਮ ਕੁਮਰ ਵਿਜੇ ਪ੍ਰਤਾਪ ਵੀ ਸੀ ਫੋਰਸ ਦਾ ਹੀ ਅਧਿਕਾਰੀ ਹੈਗਾ ਹਰਪ੍ਰੀਤ ਸਿੱਧੂ ਵੀ ਐਸਐਫੋਰਸ ਦਾ ਅਧਿਕਾਰੀ ਹੈ। ਇਹ ਸੇ ਪੰਜਾਬ ਪੁਲਿਸ ਦੇ ਅਫੀਸਰ ਹੈਗੇ ਆ ਨਾ। ਪੰਜਾਬ ਪੁਲਿਸ ਦੇ ਅੰਦਰ ਜਿਹੜੇ ਕਾਲੀਆਂ ਭੇਡਾਂ ਇਸ ਖਾਕੀ ਵਰਦੀ ਨੂੰ ਬਦਨਾਮ ਕਰਦੀਆਂ ਨੇ ਨਾ ਉਹਨਾਂ ਦੇ ਬਰਖਲਾਫ ਖੜਦਾ ਰਿਆਂ ਅੱਜ ਵੀ ਖੜਾ ਤੇ ਕੱਲ ਵੀ ਖੜੂੰਗਾ। ਬਾਈ ਸਾਹਿਬ ਹੁਣ ਬਿਆਨ ਤੋਂ ਬਾਅਦ ਜਿਹੜੀ ਪੁਲਿਸ ਪੁਲਿਸ ਅਤੇ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਜਿਹੜੀ ਇੱਕ ਕਾਰਵਾਈ ਕੀਤੀ ਗਈ ਆ ਉਸ ਨੂੰ ਕਿਦਾਂ ਦੇ ਦੇਓ ਸਿਕਿਉਰਿਟੀ ਤੁਹਾਡੇ ਕੋ ਕਿੰਨੀ ਸਿਕਿਉਰਿਟੀ ਸੀ ਕਿੰਨੀ ਵਾਪਸ ਹੋ ਗਈ ਆ ਤੇ ਕੀ ਤੁਹਾਡਾ ਲਾਈਨ ਆਫ ਐਕਸ਼ਨ ਦਊਂਗਾ ਇਸ ਤੋਂ ਬਾਅਦ ਹਾਂ ਸਿਕਿਉਰਿਟੀ ਬਾਰ-ਬਾਰ ਗਨਮੈਨ ਬਾਰ-ਬਾਰ ਇਹ ਕੋਈ ਇਸ਼ੂ ਨਹੀਂ ਹੈਗਾ ਬੈਂਸ ਗਨਮੈਨਾਂ ਦੇ ਸਾਰੇ ਰਾਜਨੀਤੀ ਨਹੀਂ ਕਰਦਾ ਬੈਂਸ ਪੰਜਾਬੀਆਂ ਦੀ ਸਪੋਰਟ ਸਹਿਯੋਗ ਗੁਰੂ ਦੀ ਕਿਰਪਾ ਸਦਕਾ ਕਰਪਸ਼ਨ ਤੇ ਜ਼ਬਰ ਜ਼ੁਲਮ ਢਾਉਣ ਵਾਲੇ ਲੋਕਾਂ ਦੇ ਖਿਲਾਫ ਚੰਗੇ ਭਵਿੱਖ ਵਾਸਤੇ ਰਾਜਨੀਤੀ ਹੈ ਚਾਰ ਗਨਮੈਨ ਸਗੇ ਚਾਰ ਰਾਤ ਪੁਲਿਸ ਲਾਈਨ ਤੇ ਗੱਡੀ ਆਈ ਉਹਨਾਂ ਨੂੰ ਲੈ ਗਈ ਮੈਂ ਉਹ ਜਿਹੜੇ ਅਫੀਸਰ ਆਏ ਸੀ ਉਹਨਾਂ ਨੂੰ ਪੁੱਛਿਆ ਵੀ ਇਹ ਜਿਹੜੀ ਸਿਕਿਉਰਿਟੀ ਆ ਇਹ ਮੁੱਖ ਮੰਤਰੀ ਜਾਂ ਡੀਜੀਪੀ ਦੇ ਹੁਕਮਾਂ ਤੇ ਨਹੀਂ ਹੁੰਦੀ ਇਹ ਪੰਜਾਬ ਵਿਧਾਨ ਸਭਾ ਲੈਜਿਸਲੇਚਰ ਅਸੈਂਬਲੀ ਆਫ ਪੰਜਾਬ ਐਂਡ ਕਸਟੋਡੀਅਨ ਆਨਰੇਬਲ ਸਪੀਕਰ ਉਹਦੇ ਆਰਡਰ ਤੇ ਹੁੰਦੀ ਹੈ ਵੀ ਤੁਹਾਡੇ ਕੋਲੇ ਕੋਈ ਐਸਾ ਆਰਡਰ ਕਹਿੰਦੇ ਸਾਨੂੰ ਤਾਂ ਸੀਪੀ ਨੇ ਕਿਹਾ ਮੈਂ ਸੀਪੀ ਨੂੰ ਕਾਲ ਕੀਤਾ ਡੀਜੀਪੀ ਨੂੰ ਕਾਲ ਕੀਤਾ ਦੇ ਫਾਂਟ ਅਟੈਂਡ ਮਾਈ ਕਾਲ ਮੈਂ ਉਹਨਾਂ ਨੂੰ ਟੈਕਸਟ ਮੈਸੇਜ ਕੀਤਾ ਵੀ ਤੁਹਾਡੇ ਕੋਲੇ ਇਹ ਜਿਹੜੀ ਸਿਕਿਉਰਿਟੀ ਐਮਐਲਏਜ਼ ਕੋਲੇ ਆ ਇਹ ਪੰਜਾਬ ਵਿਧਾਨ ਸਭਾ ਦੇ ਹੁਕਮ ਤਹਿਤ ਆ ਕੀ ਪੰਜਾਬ ਵਿਧਾਨ ਸਭਾ ਤੋਂ ਕੋਈ ਐਸਾ ਹੁਕਮ ਸੁਰੱਖਿਆ ਵਾਪਸ ਲੈਣ ਦਾ ਹੈਗਾ ਤੇ ਕਿਰਪਾ ਕਰਕੇ ਮੈਨੂੰ ਉਹਦੀ ਕਾਪੀ ਸੈਂਡ ਕਰ ਦਿਓ ਕੋਈ ਉਹਦਾ ਜਵਾਬ ਨਹੀਂ ਆਇਆ ਮੈਨੂੰ ਸੁਰੱਖਿਆ ਦੀ ਨਹੀਂ ਹੈਗੀ ਮੈਂ ਗਨਮੈਨਾਂ ਦੇ ਸਾਰੇ ਰਾਜਨੀਤੀ ਨਹੀਂ ਕਰਦਾ ਪਰ ਇੱਕ ਪ੍ਰੋਟੋਕੋਲ ਅਰੇ ਤੁਸੀਂ ਗਨਮੈਨ ਮੈਂ ਕਹਿੰਨਾ ਕਿਸੇ ਲੈਜਿਸਲੇਚਰ ਐਮਪੀ ਐਮਐਲਏ ਮਨਿਸਟਰ ਐਂਡ ਮੰਤਰੀਆਂ ਕੋਲੇ ਆਪਾਂ ਦੇਖਦੇ ਆਂ ਵਿਦੇਸ਼ਾਂ ਦੀ ਵੀਡੀਓ ਪ੍ਰਧਾਨ ਮੰਤਰੀ ਬਿਨਾਂ ਗਨਮੈਨਾਂ ਦਾ ਤੁਰੇ ਫਿਰਦੇ ਆ ਇਥੇ ਪ੍ਰਸਾਦ ਸ਼ੁਰੂ ਕਰ ਲੈਣ ਹੁਣ ਗਨਮੈਨਾਂ ਕੋਲੋਂ ਜਿਹੜੇ ਮੇਰੇ ਨਾਲੋਂ ਗਏ ਆ ਲੈ ਕੇ ਗਏ ਆ ਉਹਨਾਂ ਕੋਲੋਂ ਜ਼ਬਰਦਸਤੀ ਮੇਰੇ ਕੋ ਆਡੀਓ ਮੇਰੇ ਸਟਾਫ ਨਾਲ ਅੱਜ ਉਹਨਾਂ ਦੀ ਫੋਨ ਤੇ ਗੱਲ ਹੋਈ ਉਹਨਾਂ ਕੋਲੋਂ ਇੱਕ ਲਿਖਤ ਤੇ ਸਾਈਨ ਕਰਾਏ ਥ੍ਰੈਟ ਕਰਕੇ ਕਿ ਤੁਹਾਨੂੰ ਡਿਸਮਿਸ ਕਰ ਦੇਵਾਂਗੇ ਉਸ ਲਿਖਤ ਦੇ ਉੱਤੇ ਲਿਖਿਆ ਕੀ ਆ ਕਿ ਅਸੀਂ ਜਿਹੜਾ ਬੈਂਸ ਨੇ ਸਟੇਟਮੈਂਟ ਦਿੱਤਾ ਉਸ ਸਟੇਟਮੈਂਟ ਦੇ ਰੋਸ ਭਜੋਂ ਬੈਂਸ ਦੀ ਗਨਮੈਨੀ ਛੱਡ ਕੇ ਪੁਲਿਸ ਲਾਈਨ ਰਿਪੋਰਟ ਕੀਤੀ ਆ ਉਹ ਆਡੀਓ ਆ ਮੇਰੇ ਕੋਲ ਪਰ ਤੁਸੀਂ 80 ਨੀਵੀਂ ਪੱਧਰ ਤੇ ਗਿਰ ਗਏ ਜਿਹੜਾ ਸਾਡਾ ਟਾਰਗੇਟ ਆ ਇਸ ਮਹਾਮਾਰੀ ਨੂੰ ਹਰਾਉਣਾ ਤੁਸੀਂ ਕਿੱਧਰ ਨੂੰ ਤੁਰ ਪਏ ਤੇ ਰਾਜਨੀਤੀ ਕੈਪਟਨ ਸਾਹਿਬ ਨੂੰ ਤਾਂ ਬੈਂਸ ਫੋਬੀਆ ਹੈਗਾ ਸੋ ਤੁਸੀਂ ਰਾਜਨੀਤੀ ਵੇਲੇ ਰਾਜਨੀਤੀ ਕਰਿਓ ਇਹ ਵੇਲਾ ਅੱਜ ਰਾਜਨੀਤੀ ਦਾ ਨਹੀਂ ਹੈਗਾ ਇਹ ਵੇਲਾ ਹੈਗਾ ਕਿ ਅਸੀਂ ਇਹ ਕੋਰੋਨਾ ਮਹਾਮਾਰੀ ਨੂੰ maat ਕਿਵੇਂ ਦੇਣੀ ਹੈ ਤਲ ਅਸੀਂ ਕੈਪਟਨ ਸੰਦੀਪ ਸੰਧੂ ਦੀ ਇੰਟਰਵਿਊ ਕੀਤੀ ਸੀ ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਜਦੋਂ ਉਹਨਾਂ ਕੋਲ ਤੁਹਾਡੇ ਬਿਆਨ ਸੰਬੰਧੀ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਜੇ ਪੁਲਿਸ ਦੀ ਪੰਜਾਬ ਪੁਲਿਸ ਦੀ ਕਾਰਜਸ਼ਾਲੀ ਦੇ ਜੇ ਤੁਹਾਨੂੰ ਇਨੀ ਓਬਜੈਕਸ਼ਨ ਹੈਗੀ ਹੈ ਜੇ ਜਿਸ ਤਰ੍ਹਾਂ ਦੀ ਵੀ ਕਾਰਜਸ਼ਾਲੀ ਦੇ ਤੁਸੀਂ ਓਬਜੈਕਸ਼ਨ ਚੱਕ ਰਹੇ ਹੋ ਤੇ ਤੁਹਾਡੇ ਕੋਲ ਵੀ ਪੰਜਾਬ ਪੁਲਿਸ ਦੀ ਸਿਕਿਉਰਟੀ ਹੈ ਤੁਸੀਂ ਖੁਦ ਕਿਉਂ ਨਹੀਂ ਵਾਪਸ ਕਰ ਦਿੰਦੇ ਯੈਸ ਇਹੀ ਗੱਲ ਬਹੁਤ ਸਾਰੇ ਮਨਿਸਟਰਸ ਨੇ ਕਹੀ ਹੈ ਤੁਸੀਂ ਸ਼ਾਇਦ ਮੇਰੀ ਪਹਿਲੀ ਗੱਲ ਸੁਣੀ ਨਹੀਂ ਪੰਜਾਬ ਪੁਲਿਸ ਦੇ ਅੰਦਰ ਚੰਗੇ ਇਮਾਨਦਾਰ ਕਾਨੂੰਨਨ ਦਾਇਰੇ ਵਿੱਚ ਰਹਿ ਕੇ ਡਿਊਟੀ ਕਰਨ ਵਾਲੇ ਅਫਸਰ ਤੇ ਮੁਲਾਜ਼ਮਾਂ ਦੀ ਘਾਟ ਨਹੀਂ ਹੈਗੀ ਉਹ ਕਾਲੀਆਂ ਭੇਡਾਂ ਜਿਹੜੀਆਂ ਇਸ ਪੰਜਾਬ ਪੁਲਿਸ ਦੀ ਖਾਕੀ ਨੂੰ ਬਦਨਾਮ ਕਰਦੀਆਂ ਨੇ ਮੇਰਾ ਸੰਘਰਸ਼ ਤੇ ਲੜਾਈ ਉਹਨਾਂ ਵਿਰੁੱਧ ਆ ਹੁਣ ਇਹ ਸੰਦੀਪ ਸੰਧੂ ਜਾਂ ਦੂਜੇ ਤੀਜੇ ਮੰਤਰੀ ਜਿਹੜੇ ਮੁੱਖ ਮੰਤਰੀ ਦੇ ਚਾਬੀ ਭਰਿਆ ਜਿਵੇਂ ਉਹ ਛਾਲਾਂ ਵਜਦੀਆਂ ਹੁੰਦੀਆਂ ਟੁਆਇਜ਼ ਦੀਆਂ ਮੁੱਖ ਮੰਤਰੀ ਦੇ ਬੁਲਾਇਆ ਜੇ ਬੋਲਦੇ ਏਦਾਂ ਦੀਆਂ ਗੱਲਾਂ ਇਹਨਾਂ ਨੂੰ ਸਮਝ ਲੈਣੀ ਚਾਹੀਦੀ ਆ ਵੀ ਇਹ ਫੋਰਸ ਦੇ ਅੰਦਰ ਇਮਾਨਦਾਰ ਚੰਗੀ ਸ਼ਬੀ ਵਾਲੇ ਮੁਲਾਜ਼ਮ ਤੇ ਅਫਸਰਾਂ ਦੀ ਕਮੀ ਨਹੀਂ ਮੈਂ ਨਾਮ ਵੀ ਪਹਿਲਾਂ ਲੈ ਕੇ ਹਟਿਆ ਪਰ ਜਿਹੜੇ ਇਸ ਫੋਰਸ ਨੂੰ ਬਦਨਾਮ ਕਰਦੇ ਆਪਣੇ ਆਪ ਨੂੰ ਧਰਤੀ ਦਾ ਰੱਬ ਸਮਝ ਕੇ ਲੋਕਾਂ ਨੂੰ ਕੁੱਟ ਕੇ ਲੁੱਟਦੇ ਆ ਉਹਨਾਂ ਦੇ ਖਿਲਾਫ ਖੜਨ ਦੀ ਡਿਊਟੀ ਪੰਜਾਬੀਆਂ ਨੇ ਮੇਰੀ ਲਈ ਹੋਈ ਹੈ ਤੇ ਵੱਡੇ ਬੈਂਸਾਹਬ ਦੀ ਸਿਕਿਉਰਿਟੀ ਐਜ਼ ਇਟ ਇਜ਼ ਬਰਕਰਾਰ ਹੈ ਜੀ ਉਹਨਾਂ ਕੋਲ ਸਿਕਿਉਰਿਟੀ ਐਜ਼ ਇਟ ਇਜ਼ ਹੈਗੀ ਹੈ ਹੁਣ ਹੁਣ ਐਸ ਐਕਸ਼ਨ ਤੋਂ ਬਾਅਦ ਸਰਕਾਰ ਦੇ ਐਕਸ਼ਨ ਤੋਂ ਬਾਅਦ ਤੁਹਾਡਾ ਅੱਗੇ ਲਾਈਨ ਆਫ ਐਕਸ਼ਨ ਕੀ ਰਹੇਗਾ ਤੁਸੀਂ ਜਿਹੜਾ ਲਾਈਨ ਆਫ ਐਕਸ਼ਨ ਹੈਗਾ ਕਿ ਮੈਂ ਲੁਧਿਆਣਾ ਖਾਸ ਕਰ ਆਤਮਨਗਰ ਤੇ ਦੱਖਣੀ ਉਥੋਂ ਦੇ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਚਾਹੇ ਉਹ ਕੋਈ ਸਿਹਤ ਸਹੂਲਤਾਂ ਨਾਲ ਮੁਤਲਕ ਹੈਗੀ ਆ ਚਾਹੇ ਉਹ ਰਾਸ਼ਨ ਲੰਗਰ ਪਾਣੀ ਰੋਟੀ ਨਾਲ ਮੁਤਲਕ ਹੈਗੀ ਆ ਚਾਹੇ ਕਿਸੇ ਦਾ ਕੋਈ ਮੈਂਬਰ ਕਿਤੇ ਬਾਹਰ ਦੂਸਰੀ ਸਟੇਟ ਜਾਂ ਦੂਸਰੇ ਜ਼ਿਲ੍ਹੇ 'ਚ ਫਸਿਆ ਹੋਇਆ ਮੇਰੀ ਪ੍ਰਾਇੋਰਟੀ ਉਥੋਂ ਤੱਕ ਮੇਰਾ ਲਾਈਨ ਆਫ ਐਕਸ਼ਨ ਤਾਂ ਪੰਜਾਬ ਦੇ ਲੋਕ ਘਟਦੇ ਆ ਮੈਂ ਕੋਈ ਰਾਜਨੀਤਿਕ ਥੋੜੀ ਰਾਜਨੀਤਿਕਤਾ ਇਹ ਆ ਜਿਹੜੇ ਇਸ ਮਹਾਮਾਰੀ ਦੇ ਵਿੱਚ ਵੀ ਰਾਜਨੀਤੀਕਰਨ ਨਹੀਂ ਛੱਡਦੇ ਮੈਂ ਕੋਈ ਰਾਜਨੀਤਿਕ ਨਹੀਂਗਾ ਮੇਰੀ ਰਾਜਨੀਤੀ ਮੇਰਾ ਲਾਈਨ ਆਫ ਐਕਸ਼ਨ ਪੰਜਾਬੀ ਲੋਕ ਬਣਾ ਕੇ ਦਿੰਦੇ ਆ ਮੈਂ ਵਾਚਮੈਨ ਆ ਮੈਂ ਫਿਰ ਉਹ ਪੰਜਾਬੀਆਂ ਦੇ ਬਣਾਏ ਹੋਏ ਲਾਈਨ ਆਫ ਐਕਸ਼ਨ ਦੇ ਉੱਤੇ ਪਹਿਰੇਦਾਰੀ ਕਰਦਾ ਸਰਕਾਰ ਵੱਲੋਂ ਲਗਾਤਾਰ ਕਰਫਿਊ ਨੂੰ ਇੰਪਲੀਮੈਂਟ ਕਰਵਾਇਆ ਜਾ ਰਿਹਾ ਹੈ ਨਵੇਂ-ਨਵੇਂ ਆਦੇਸ਼ ਜਾਰੀ ਕੀਤੇ ਜਾ ਰਹੇ ਨੇ ਕੋਵਿਡ ਨੂੰ ਲੈ ਕੇ ਨਵੇਂ-ਨਵੇਂ ਦੇਸ਼ ਜਾਰੀ ਕੀਤੇ ਤੁਸੀਂ ਸਰਕਾਰ ਦੇ ਜਿਹੜੀਆਂ ਕਾਰਗੁਜ਼ਾਰੀਆਂ ਜਾਂ ਸਰਕਾਰ ਦੇ ਜਿਹੜੇ ਆਰਡਰ ਨੇ ਉਸ ਤਰ੍ਹਾਂ ਉਸ ਨੂੰ ਕਿਸ ਤਰ੍ਹਾਂ ਦੇ ਦਿਓ ਜਿਹੜੀ ਨਾ ਕੋਵਿਡ ਹੈਗਾ ਕਰੋਨਾ ਮਹਾਮਾਰੀ ਇਹਦਾ ਕੋਈ ਇਲਾਜ ਨਹੀਂਗਾ ਪਰਹੇਜ਼ ਹੀ ਇਲਾਜ ਹੈ ਸਟੇ ਹੋਮ ਸੇਫ ਹੋਮ ਬੜਾ ਚੰਗਾ ਕਿਸੇ ਨੇ ਸਲੋਗਨ ਬਣਾਇਆ ਅਸੀਂ ਪਹਿਲੇ ਦਿਨ ਮੋਦੀ ਸਾਹਿਬ ਦਾ ਇਹ ਬੋਲਡ ਫੈਸਲੇ ਦਾ ਸਵਾਗਤ ਕੀਤਾ ਸੀ 135 ਕਰੋੜ ਲੋਕਾਂ ਦਾ ਦੇਸ਼ ਭਾਰਤ ਸਿਰ ਸੂਲ ਤਾਂ ਕੈਸਿਆਂ ਨੇ ਆਪਾਂ ਨੂੰ ਸਭ ਨੂੰ ਪਤਾ ਇਹ ਲਾਕਡਾਊਨ ਦੀ ਬਦੌਲਤ ਆ ਪਰ ਲਾਕਡਾਊਨ ਨੂੰ ਲੈ ਕੇ ਤੁਸੀਂ ਰਾਜਨੀਤਿਕ ਰੋਟੀਆਂ ਸੇਕਣੀਆਂ ਸ਼ੁਰੂ ਕਰਦੇ ਹੋ ਇਹ ਗਲਤ ਹੈਗਾ ਹੁਣ ਸਟੇਟ ਦੀ ਗਵਰਨਮੈਂਟ ਕਹੇ ਵੀ ਜਿਹੜੇ ਮਜ਼ਦੂਰ ਸਾਥੀ ਹੈਗੇ ਆ ਉਹ ਸਾਰੇ ਫੈਕਟਰੀਆਂ ਵਾਲੇ ਪੇ ਕਰਨ ਹੁਣ ਫੈਕਟਰੀਆਂ ਦਾ ਹਾਲ ਕੀ ਆ ਸਰਕਾਰ ਇਹ ਗਵੇ ਵੀ ਅੱਧੀ ਤਨਖਾਹ ਸਰਕਾਰ ਦੋਗੀ ਤੇ ਅੱਧੀ ਦੇਊਗਾ ਫੈਕਟਰੀ ਮਾਲਕ EMPLOYER ਦੋਊਗਾ ਲਓ ਮੇਰਾ ਖਿਆਲ ਸਾਰੇ ਜਾਣੇ ਹੁਣ ਜਿਹੜੇ ਰਜਿਸਟਰਡ ਵਰਕਰ ਹੈਗੇ ਆ ਕੰਸਟਰਕਸ਼ਨ ਲੇਬਰ ਵੈਲਫੇਅਰ ਬੋਰਡ ਦੇ ਨਾਲ 3-3000 ਰੁਪਇਆ ਅਨਾਉਂਸ ਕਰਤਾ ਹਜੇ ਤੱਕ 3 ਪੈਸੇ ਕਿਸੇ ਖਾਤਾਧਾਰੀ ਦੇ ਬੈਨੇਫਿਸ਼ੀਰੀ ਦੇ ਖਾਤੇ 'ਚ ਨਹੀਂ ਆਇਆ ਇਸੇ ਤੱਕ ਦੋ ਟਾਈਮ ਦੀ ਰੋਜ਼ੀ ਰੋਟੀ ਦਾ ਬੰਦੋਬਸਤ ਤੇ ਪ੍ਰਬੰਧ ਕਰਨ ਲਈ ਤੁਸੀਂ ਰਾਸ਼ਨ ਬੈਗ ਦੇ ਉੱਤੇ ਆਪਣੀ ਫੋਟੋ ਲਾ ਲਓ 4 ਕਰੋੜ ਰੁਪਇਆ ਜਾਣਕਾਰ ਲੋਕ ਦੱਸਦੇ ਆ ਤੁਸੀਂ ਇਸ ਕੰਮ ਤੇ ਵਿਅਰਥ ਕਰਦੇ ਹੋ ਸੋ ਇਹ ਗੱਲਾਂ ਜਿਹੜੀਆਂ ਰਾਜਨੀਤੀ ਤੋਂ ਉੱਤੇ ਉੱਠ ਜਾਓ ਰਾਣੀwidetilde ਸਾਡੇ ਕੋਲੇ ਹੋਰ ਬਹੁਤ ਸਾਰੇ ਸਮੇ ਹੈਗੇ ਆ ਹੋਰ ਬਹੁਤ ਸਾਰੇ ਇਸ਼ੂ ਹੈਗੇ ਆ ਇਸ ਮਹਾਮਾਰੀ ਨੂੰ ਸੰਜਮ ਨਾਲ ਸਹਿਜ ਨਾਲ ਸਬਰ ਤੇ ਸੰਤੋਖ ਨਾਲ ਅਸੀਂ ਹਰਾ ਸਕਦੇ ਆ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਅੱਜ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਤੇ ਉਹਨਾਂ ਨੇ ਲੋਕ ਲੋਕਡਾਊਨ ਦੇ ਉੱਤੇ ਆਪਣੀ ਜਿਹੜਾ ਰਿਐਕਸ਼ਨ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਲੋਕਡਾਊਨ ਦਾ ਕੋਈ ਫਾਇਦਾ ਨਹੀਂ ਹੈ ਇਹ ਸਿਸਟਮ ਨੂੰ ਬਦਲਣਾ ਪਊਗਾ ਸਿਸਟਮ ਨੂੰ ਸਟਰੋਂਗ ਕਰਨਾ ਪਊਗਾ ਸਾਊਥ ਕੋਰੀਆ ਤੇ ਕੇਰਲ ਦਾ ਉਦਾਹਰਣ ਉਹਨਾਂ ਨੇ ਦਿੱਤਾ ਤੁਸੀਂ ਕੀ ਸਮਝਦੇ ਹੋ ਜਿਹੜਾ ਲੋਕਡਾਊਨ ਦਾ ਕੋਈ ਫਾਇਦਾ ਹੈ ਜਿਹੜਾ ਉਹਨਾਂ ਦਾ ਕਹਿਣ ਦਾ ਸੰਦਰਭਾ ਨਾ ਹੁਣ ਪਿਛਲੇ 2 ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਕੁਝ ਚੰਦ ਰੈਸਟੋਰੈਂਟਾਂ ਨੂੰ ਮਨਜ਼ੂਰੀ ਦੇ ਦਿੱਤੀ ਉਹ ਰੈਸਟੋਰੈਂਟ ਕੌਣ ਨੇ ਕਾਂਗਰਸ ਵਾਲੇ ਜਾਂ ਕਾਂਗਰਸ ਦੇ ਛਤਰ ਸ਼ਾਯਾ ਵਾਲੇ ਉਹ ਲੋਕ ਪਿੰਡੂ ਜਿਹੜਦਾ ਜਾਂਦਾ ਗੰਜੀ ਨੂੰ ਨਾਉਣਦੀ ਪਈ ਇਹਦਾ ਫਾਇਦਾ ਹੈਗਾ ਹੁਣ ਸੁਣਨ ਤੇ ਆ ਰਿਹਾ ਵੀ ਠੇਕੇ ਵੀ ਖੋਲਣ ਜਾ ਰਹੇ ਆ ਜੇ ਰੈਸਟੋਰੈਂਟ ਢਾਬੇ ਹੋਟਲ ਠੇਕੇ ਇਹ ਤੁਸੀਂ ਖੋਲਤੇ ਹੁਣ ਤੁਸੀਂ ਦੱਸਦੇ ਹੋ ਵੀ ਕੋਈ ਲਾਕਡਾਊਨ ਦਾ ਮਤਲਬ ਹੀ ਰਹਿੰਦਾ ਫੇ ਤਾਂ ਲਾਕਡਾਊਨ ਖਤਮ ਹੋ ਗਿਆ ਹੁਣ ਜਿਹੜਾ ਜਿਹੜਾ ਕਿਦੋਂ ਢਾਬੇ ਤੋਂ ਰੈਸਟੋਰੈਂਟ ਤੋਂ ਕੋਈ ਸਮਾਨ ਬਣ ਕੇ ਆ ਰਿਹਾ ਉਹ ਹੋਮ ਡਿਲੀਵਰੀ ਆ ਪਤਾ ਨਹੀਂ ਉਹ ਕਿੰਨੇ ਹੱਥਾਂ ਦੇ ਵਿੱਚ ਹੋ ਕੇ ਤੁਹਾਡੇ ਤੱਕ ਪਹੁੰਚ ਰਿਹਾ ਸਮਝਦੇ ਹੋ ਨਾ ਮੇਰੀ ਗੱਲ ਨੂੰ ਸੋ ਇਸ ਕਰਕੇ ਜੇ ਲਾਕਡਾਊਨ ਆ ਤੇ ਉਹਨੂੰ ਪੂਰਨ ਤੌਰ ਤੇ ਕੰਪਲੀਟਲੀ ਸਟ੍ਰਿਕਟਲੀ ਜੋ ਤੁਹਾਡੇ ਕੋਲੇ ਰਾਸ਼ਨ ਹੈਗਾ ਕਿਸੇ ਦੋਸਤ ਨੇ ਕੋਈ ਵੀਡੀਓ ਤੇ ਪਾਇਆ ਵੀ ਤੁਹਾਡੇ ਕੋਲੇ ਵੋਟਾਂ ਆਂਦੀਆਂ ਪਰਚੀਆਂ ਵੰਡਣੂ ਦਾ ਵੀ ਐਲੋ ਹੈਗੇ ਆ ਤੇ ਤੁਹਾਡੇ ਕੋਲੇ ਉਹ ਵੀ ਐਲੋ ਅੱਜ ਕਿੱਥੇ ਆ ਰਾਸ਼ਨ ਦੇਣ ਲਈ ਜਾਂ ਉਹਨਾਂ ਦੀ ਸਾਰ ਲੈਣ ਲਈ ਕਿਉਂਕਿ ਵੀ ਐਲੋ ਨੂੰ ਹਰ ਕਰਦਾ ਪਤਾ ਹੁੰਦਾ ਹੁਣ ਕੀ ਹੋ ਰਿਹਾ ਜਿਹੜਾ ਸਰਕਾਰੀ ਰਾਸ਼ਨ ਹੈ ਜਾਂ ਤਾਂ ਉਹ ਜਿਹੜੇ ਸਤਾਧਾਰੀ ਧਿਰ ਦੇ ਚਹੇਤੇ ਲੋਕ ਹੈ ਉਹਨਾਂ ਦੇ ਘਰਾਂ 'ਚ ਜਾ ਰਿਹਾ ਜਾਂ ਕਿਤੇ ਨਾ ਕਿਤੇ ਫਿਰ ਉਹ ਕਿਸੇ ਵੱਡੇ ਸਟੋਰ ਵਾਲੇ ਨਾਲ ਟਿੱ ਸੱਟੀ ਲਾ ਕੇ ਉਧਰ ਮੂਵ ਹੋ ਰਿਹਾ ਸੋ ਮੈਂ ਇਹ ਕਹੂੰਗਾ ਰਾਜਨੀਤੀ ਕਰਿਓ ਜਦੋਂ ਇਸ ਮਹਾਮਾਰੀ ਨੂੰ ਤੁਸੀਂ maat ਦੇ ਲਈ ਬਹੁਤ ਸਮਾਂ ਹੈਗਾ ਰਾਜਨੀਤੀ ਕਰਨ ਵਾਸਤੇ 2022 ਚ ਬੜਾ ਲੰਬਾ ਸਮਾਂ ਪਿਆ ਪਰ ਇਸ ਮਹਾਮਾਰੀ ਵਿੱਚ ਰਾਜਨੀਤੀ ਛੱਡ ਕੇ ਇਸ ਮਹਾਮਾਰੀ ਨੂੰ maat ਦੇਣ ਲਈ ਇਕੱਠੇ ਹੋ ਜਾਓ ਜੋਸ ਸਿੰਘ ਸਿੱਧੂ ਦੀ ਸਟੇਟਮੈਂਟ ਤੋਂ ਕਿਦਾਂ ਕਿਦਾਂ ਤੁਸੀਂ ਸਹਿਮਤ ਨਜ਼ਰ ਆ ਰਹੇ ਹੋ ਮੈਂ ਕਹਿ ਰਿਹਾ ਵੀ ਜੇ ਲੋਕਡਾਊਨ ਹੈ ਤਾਂ ਪ੍ਰੋਪਰ ਲੋਕਡਾਊਨ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਵੀ ਇਹ ਜ਼ਿੰਦਗੀ ਦੇ ਰੰਗ ਟੰਗ ਹੈਗੇ ਆ ਸਾਰੇ ਰੰਗਾਂ ਦੇ ਵਿੱਚ ਆਪਣੇ ਆਪ ਨੂੰ ਢਾਲਣਾ ਸਿੱਖੋ ਜਿਹੜਾ ਬੰਦਾ ਮੁਸੀਬਤ ਸਮੇਂ ਸੰਜਮ ਨਹੀਂ ਰੱਖਦਾ ਸਮਝ ਲਓ ਉਹ ਸਾਸੀ ਨਹੀਂ ਹੈਗਾ ਸਾਹਸ ਹਿੰਮਤ ਦਲੇਰੀ ਜੇ ਬਫਤਾ ਆ ਗਈ ਤੁਸੀਂ ਸੰਜਮ ਨਾਲ ਆਪਣੇ ਘਰ ਟਿਕੋ ਤੁਸੀਂ ਬਾਜ਼ਾਰਾਂ ਦੇ ਵਿੱਚ ਜਾਓ ਤੁਸੀਂ ਇਕੱਠੇ ਹੋਮੋ ਮੈਂ ਕਿਤੇ ਜਾਵਾਂ ਤੁਸੀਂ ਸ਼ਾਇਦ ਵੀਡੀਓ ਦੇਖੋ ਮੈਂ ਨਾ ਇਦਾਂ ਹੱਥ ਕਰ ਲਵਾਂ ਇੱਕ ਦੂਸਰੇ ਨੂੰ ਕਹੋ ਵੀ ਇੱਥੋਂ ਦੂਰ ਹੋ ਜਾਵੇ ਮੇਰਾ خیال 7-8 ਫੁੱਟ ਦਾ ਫਾਸਲਾ ਬਣ ਜਾਂਦਾ ਹੈ ਕਿਤੇ ਮਜਬੂਰੀ ਵਾਸ ਪੰਜ ਸੱਤ ਬੰਦੇ ਇਕੱਠੇ ਆ ਤੇ ਉਹ ਥੋੜਾ ਜਿਹਾ ਦੂਰ ਹੋ ਕੇ ਵੀ ਦੂਰ ਹੋ ਜਾਵੇ ਸੋ ਲੌਕਡਾਊਨ ਦਾ ਮਤਲਬ ਪ੍ਰੋਪਰ ਚਾਹੇ ਉਹ ਰੈਸਟੋਰੈਂਟ ਆ ਹੋਟਲ ਆ ਢਾਬਾ ਹੈਗਾ ਉਹ ਠੇਕਾ ਸ਼ਰਾਬ ਦਾ ਸਭ ਲੌਕਡਾਊਨ ਇਹ ਬਿਲਕੁਲ ਐਸੀ ਗੈਸਿਮਰ ਬੈਂਸ ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਸਰਕਾਰ ਵਨ ਡਾਟਾ ਪੋਲਟਿਕਸ ਕਰ ਰਹੀ ਹੈ ਤੇ ਸਿਮਰ ਬੈਂਸ ਦੀ ਜਿਹੜੀ ਰਾਜਨੀਤੀ ਹੈ ਗਨਮੈਨਾਂ ਦੇ ਸਹਾਰੇ ਨਹੀਂ ਚਲਦੀ ਲੋਕਾਂ ਦੇ ਸਾਰੇ ਚਲਦੀ ਹੈ ਸਰਕਾਰ ਚਾਹੇ ਜਿੰਨੇ ਮਰਜੀ ਗਨਮੈਨ ਵਾਪਸ ਲਾ ਲੈਣ ਲੇਕਿਨ ਸਰਕਾਰ ਦੇ ਵਿਰੁੱਧ ਜੋ ਉਹਨਾਂ ਦੀ ਕਾਰਜਸ਼ਲੀਆ ਜੋ ਸਰਕਾਰ ਦੇ ਵਿਰੁੱਧ ਆਵਾਜ਼ ਆ ਉਹ ਲਗਾਤਾਰ ਬੁਲੰਦ ਹੁੰਦੀ ਰਹੇਗੀ ਚਾਹੇ ਸਰਕਾਰ ਗਨਮੈਨ ਜਿੰਨੇ ਮਰਜੀ ਵਾਪਸ ਲੈ ਲਵੇ ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਤਾਲ ਦੈਨਿਕ ਸਵੇਰਾ ਟੀਵੀ ਲੁਧਿਆਣਾ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक एना चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटे में समाधान फ्री फ्री फ्री, फ्री मिया रफीक मोहम्मद मोबाइल चौरासी तीन सौ